PT guide Punjabi channel ਤੇ ਤੁਹਾਡਾ ਸਵਾਗਤ ਹੈ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੀ ਗਰੁੱਪ ਬਾਰੇ ਦੱਸਣਾ ਚਾਹੁੰਨਾ ਟੈਲੀਗ੍ਰਾਮ ਤੇ ਇੱਕ ਗਰੁੱਪ ਬਣਿਆ ਹੋਇਆ ਹੈ ਉਹਦੇ ਉੱਪਰ ਜਾ ਕੇ ਤੁਸੀਂ ਜੁਆਇਨ ਹੋ ਸਕਦੇ ਹੋ ਤੇ ਇਹਦੇ ਉੱਪਰ ਜਦੋਂ ਵੀ ਕਿ ਨਵਾਂ ਵੀਜ਼ਾ ਆਉਂਦਾ ਤਾਂ ਮੈਂ ਇਹਦੇ ਉੱਪਰ ਅਪਲੋਡ ਕਰ ਦਿੰਦਾ ਤੁਸੀਂ ਜਿਹੜੇ ਪਿੰਡ ਮੈਸੇਜ ਹੁੰਦੇ ਨੇ ਇਹ ਜਾ ਕੇ ਚੈੱਕ ਕਰ ਸਕਦੇ ਹੋ ਤੇ ਗਰੁੱਪ ਜੁਆਇਨ ਕਰਨਾ ਬਿਲਕੁਲ ਆਸਾਨ ਹੈ ਤੁਸੀਂ ਗਰੁੱਪ ਦਾ ਡਿਸਕ੍ਰਿਪਸ਼ਨ ਵਿੱਚ ਲਿੰਕ ਦਿੱਤਾ ਹੋਇਆ ਉਹ ਤੋਂ ਵੀ ਜੁਆਇਨ ਕਰ ਸਕਦੇ ਹੋ ਜਾਂ ਸਿੱਧਾ ਵੀ ਆਸਟ੍ਰੇਲੀਆ ਸਟੱਡੀ ਵੀਜ਼ਾ ਗਾਈਡ ਜਾਂ PT guide Punjabi ਸਰਚ ਕਰਕੇ ਜੁਆਇਨ ਹੋ ਸਕਦੇ ਹੋ ਤੇ ਚਲੋ ਵੀਡੀਓ ਸਟਾਰਟ ਅੱਜ ਦੀ ਵੀਡੀਓ ਦਾ ਮੇਨ ਮੋਟਿਵ ਹੈਗਾ ਵੀ ਤੁਸੀਂ ਜਿਹੜੇ ਤੁਹਾਡੇ ਡਾਊਟਸ ਸੀਗੇ ਤੁਸੀਂ ਵੀਡੀਓਜ਼ ਦੇ ਨੀਚੇ ਕਮੈਂਟ ਕਰਦੇ ਹੋ ਤਾਂ ਮੈਂ ਉਹਨਾਂ ਨੂੰ ਨਾ ਇਕੱਠੇ ਕਰਕੇ ਹੁਣ ਇੱਕ ਵੀਡੀਓ ਬਣਾ ਕੇ ਤੁਹਾਡੇ ਸਾਰੇ ਡਾਊਟਸ ਕਲੀਅਰ ਕਰ ਦਿੰਨਾ ਤੇ ਮੈਂ ਇੱਕ ਵੀਡੀਓ ਬਣਾਈ ਸੀ ਪਹਿਲਾਂ ਉਹਦੇ ਕਿਹਾ ਸੀ ਵੀ ਤੁਸੀਂ ਆਪਣੀ ਕੁਐਸਚਨ ਪੁੱਛੋ ਤਾਂ ਮੈਂ ਉਹਦੇ ਰਿਲੇਟਡ ਅੱਜ ਵੀਡੀਓ ਬਣਾ ਰਿਹਾ ਜਿਹੜੇ ਮੇਨ ਕੁਐਸਚਨ ਜਿਹੜੇ ਸਾਰੇ ਬੱਚਿਆਂ ਦੇ ਸੇਮ ਹੀ ਹੁੰਦੇ ਨੇ ਤੇ ਉਹਨਾਂ ਬਾਰੇ ਮੈਂ ਤੁਹਾਡੇ ਨਾਲ ਅੱਜ ਡਿਟੇਲ ਵਿੱਚ ਗੱਲ ਕਰੂੰਗਾ ਤੇ ਉਹਨਾਂ ਦੇ ਆਨਸਰ ਦੇਣ ਦੀ ਪੂਰੀ ਪੂਰੀ ਕੋਸ਼ਿਸ਼ ਕਰੂੰਗਾ ਪਹਿਲਾ ਕੁਐਸਚਨ ਹੈਗਾ ਮਨਦੀਪ ਕੌਰ ਦਾ ਉਹਨੇ ਇਹ ਪੁੱਛਿਆ ਵੀ ਬੀਐਸਸੀ ਨਰਸਿੰਗ ਤੋਂ ਪਹਿਲਾਂ ਉਹਨੂੰ ਐਲੀਕੋਸ ਕਲੀਅਰ ਕਰਨਾ ਪਊਗਾ ਤੇ ਦੂਜਾ ਕੁਐਸਚਨ ਏ ਹੈ ਵੀ ਆਨਲਾਈਨ ਜਾਂ ਫੇਸ ਟੂ ਫੇਸ ਕਲਾਸਿਸ ਵਿੱਚੋਂ ਕਿਹੜਾ ਜ਼ਿਆਦਾ ਬੈਨੀਫੀਸ਼ੀਅਲ ਆ ਤੇ ਪਹਿਲੇ ਕੁਐਸਚਨ ਦਾ ਆਨਸਰ ਤਾਂ ਏ ਹੈ ਵੀ ਹਾਂਜੀ ਜਿਹੜਾ ਤੁਹਾਡਾ ਕੋਰਸ ਹੈ ਬੀਐਸਸੀ ਨਰਸਿੰਗ ਉਹ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਆਪਣਾ ਐਲੀ ਕੋਰਸ ਕਲੀਅਰ ਕਰਨਾ ਹੀ ਪਊਗਾ ਤੇ ਬੈਨੀਫੀਸ਼ੀਅਲ ਦੀ ਗੱਲ ਆ ਗਈ ਆਨਲਾਈਨ ਤੇ ਫੇਸ ਟੂ ਫੇਸ ਵਿੱਚ ਆਨਲਾਈਨ ਥੋੜਾ ਜਿਹਾ ਫੀਸ ਘੱਟ ਹੁੰਦੀ ਆ ਸਸਤਾ ਹੁੰਦਾ ਤੇ ਫੇਸ ਟੂ ਫੇਸ ਦੀ ਫੀਸ ਜ਼ਿਆਦਾ ਹੁੰਦੀ ਆ ਤੇ ਆਨਲਾਈਨ ਦੀ ਕਲਾਸ ਵੀ ਲਾਉਣੇ ਪੈਣਗੀਆਂ ਟਾਈਮ ਦੇਣਾ ਪਊਗਾ ਤੇ ਫੇਸ ਟੂ ਫੇਸ ਦੀ ਕਲਾਸ ਵੀ ਲਾਉਣੇ ਪੈਣਗੀਆਂ ਉਹਦੇ ਲਈ ਵੀ ਤੁਹਾਨੂੰ ਦਿਨ ਦੇ ਘੱਟੋ ਘੱਟ 4 ਘੰਟੇ ਤੁਹਾਨੂੰ ਕਲਾਸ ਲਾਉਣੀ ਹੀ ਪਊਗੀ ਤੇ ਆਨਲਾਈਨ ਵਿੱਚ ਘਰ ਬੈ ਕੇ ਲਾ ਸਕਦੇ ਹੋ ਤੇ ਫੇਸ ਟੂ ਫੇਸ ਵਿੱਚ ਤੁਹਾਨੂੰ ਇੰਸਟੀਟਿਊਟ ਵਿੱਚ ਜਾ ਕੇ ਹੀ ਕਲਾਸੇ ਲਾਉਣੀਆਂ ਪੈਣਗੀਆਂ ਹੁਣ ਤੁਸੀਂ ਦੇਖ ਲਓ ਜੇ ਘੱਟ ਫੀਸ ਭਰਨੀ ਹੈ ਤਾਂ ਆਨਲਾਈਨ ਲਾ ਲਓ ਜੇ ਵੱਧ ਭਰਨੀ ਹੈ ਤਾਂ ਫੇਸ ਟੂ ਫੇਸ ਅਗਲਾ ਕੁਐਸਚਨ ਪੁੱਛਿਆ ਸ਼ਹਿਰੋਜ਼ ਗੁਰਾਇਆ ਨੇ ਇਹਨਾਂ ਨੇ ਪਹਿਲਾ ਕੁਐਸਚਨ ਇਹ ਪੁੱਛਿਆ ਵੀ ਕਲਾਸ 2 ਤੋਂ ਬਾਅਦ ਕਿੰਨਾ ਗੈਪ ਹੈ ਜਿਹੜਾ ਵਿਦਆਊਟ ਜ 1.5 ਸਾਲ ਦਾ ਗੈਪ ਵਿਦਆਊਟ ਜਸਟੀਫਿਕੇਸ਼ਨ ਯੂਨੀਵਰਸਿਟੀਆਂ ਐਕਸੈਪਟ ਕਰ ਲੈਂਦੀਆਂ ਨੇ ਤੇ ਦੂਜਾ ਕੁਐਸਚਨ ਏ ਹੈ ਵੀ ਡੀ ਟੂ ਡੀ ਤੇ ਬੈਚਲਰ ਆਫ ਨਰਸਿੰਗ ਵਿੱਚ ਇਹਨਾਂ ਦੇ ਬੈਨੀਫਿਟਸ ਤੇ ਡੀਮੈਰਿਟਸ ਦੱਸੋ ਤੇ ਡਿਫਰੈਂਸ ਤਾਂ ਏ ਹੁੰਦਾ ਵੀ ਡੀ ਟੂ ਡੀ ਤਾਂ ਹੁੰਦਾ 1 ਸਾਲ ਡਿਪਲੋਮਾ ਉਸ ਤੋਂ ਬਾਅਦ ਡਿਗਰੀ ਤੇ ਬੈਚਲਰ ਤੁਹਾਨੂੰ ਪਤਾ ਹੀ ਹੈ ਵੀ 3 ਸਾਲ ਦੀ ਬੈਚਲਰ ਹੁੰਦੀ ਹੈ ਡੀ ਟੂ ਡੀ ਤਾਂ ਮਿਲਦਾ ਜੇ ਆਪਣੀ ਜਿਹੜੀ ਆਪਣੀ ਲਾਸਟ ਸਟੱਡੀ ਸੀਗੀ ਉਹ ਜਿਹੜਾ ਆਪਾਂ ਕੋਰਸ ਕਰਨ ਉਹਦੇ ਰਿਲੇਟਡ ਨਹੀਂ ਹੁੰਦਾ ਤਾਂ 1 ਸਾਲ ਡਿਪਲੋਮਾ ਕਰਕੇ ਤੁਹਾਨੂੰ ਜਾਣਕਾਰੀ ਮਿਲ ਜਾਂਦੀ ਵੀ ਜਿਹੜੀ ਤੁਹਾਡੀ ਡਿਗ ਤੇ ਤੀਜਾ ਕੁਐਸਚਨ ਮੈਨੂੰ ਜਿਆਦਾ ਸਮਝ ਨਹੀਂ ਆਇਆ ਇਹਨਾਂ ਨੇ ਪੁੱਛਿਆ ਵੀ ਇੱਕ 2021 ਪਾਸ ਆਊਟ ਬੱਚਾ ਜਿਹਦਾ ਐਗਜ਼ਾਮ ਦਸੰਬਰ ਵਿੱਚ ਆ ਤੇ 2022 ਵਿੱਚ ਰਿਜ਼ਲਟ ਆਇਆ ਤੇ 2023 ਲਈ ਅਪਲਾਈ ਕਰ ਸਕਦਾ ਜਾਂ ਨਹੀਂ ਜਾਂ ਗੈਪ ਜਸਟੀਫਾਈ ਕਰਨਾ ਪਊਗਾ ਜਾਂ ਨਹੀਂ ਹੁਣ ਮੈਨੂੰ ਇਹ ਨਹੀਂ ਸਮਝ ਆ ਰਹੀ ਵੀ 2021 ਪਾਸ ਆਊਟ ਬੱਚਾ ਹੋ ਗਿਆ ਫਿਰ ਉਸ ਤੋਂ ਬਾਅਦ ਐਗਜ਼ਾਮ 2022 ਚ ਕਿਵੇਂ ਹੋਇਆ ਪਰ ਜੇ ਤੁਸੀਂ 2021 ਪਾਸ ਆਊਟ ਹੋ ਤਾਂ ਯੂਨੀਵਰਸਿਟੀ ਤੁਹਾਨੂੰ 2023 ਵਿੱਚ ਨਹੀਂ ਐਕਸੈਪਟ ਕਰਨਾ ਸਿਰਫ ਨਵੰਬਰ 2022 ਤੱਕ ਹੀ ਐਕਸੈਪਟ ਹੋਣਾ ਤੇ ਚੌਥਾ ਕੁਐਸਚਨ ਹੈਗਾ ਵੀ ਵੀ ਕਿੰਨਾ ਟਾਈਮ ਪਹਿਲਾਂ ਐਡਮਿਸ਼ਨ ਪ੍ਰੋਸੈਸ ਸਟਾਰਟ ਕਰਨਾ ਚਾਹੀਦਾ ਤੇ ਜੇ ਮੈਂ ਹੁਣ ਫੈਬ 2023 ਲਈ ਤੁਸੀਂ ਅਪਲਾਈ ਕਰਨਾ ਤਾਂ ਤੁਹਾਨੂੰ ਘੱਟੋ ਘੱਟ ਸਤੰਬਰ ਅਕਤੂਬਰ ਵਿੱਚ ਤੁਸੀਂ ਆਪਣਾ ਅਪਲਾਈ ਕਰ ਦਿਓ ਜਿਆਦਾ ਟਾਈਮ ਨਾ ਖਰਾਬ ਕਰੋ ਹੋ ਸਕਦਾ ਇਸ ਤੋਂ ਪਹਿਲਾਂ ਕਰੋ ਤਾਂ ਜਿਆਦਾ ਬੈਟਰ ਰਹੂਗਾ ਤੇ ਇਹਦੇ ਵਿੱਚ ਪੁੱਛਿਆ ਵੀ ਯੂਨੀਵਰਸਿਟੀ ਤੇ ਐਮਬੈਸੀ ਨੂੰ 3 ਮੰਥਸ 올ਡ ਜਿਹੜੇ ਫੰਡਸ ਨੇ ਚੱਲ ਜਾਣਗੇ ਤਾਂ ਯੂਨੀਵਰਸਿਟੀ ਤਿੰਨ ਮਹੀਨੇ ਪੁਰਾਣੇ ਜਿਹੜੇ ਫੰਡਸ ਨੇ ਐਕਸੈਪਟ ਕਰ ਲੈਂਦੀ ਆ ਤੇ ਐਮਬੈਸੀ ਹੋ ਸਕਦਾ 6 ਮਹੀਨੇ ਪੁਰਾਣੀ ਮੰਗ ਲਵੇ ਪਰ 3 ਮੰਥਸ 올ਡ ਚੱਲ ਜਾਣਗੇ ਤੇ ਜਿਹੜਾ ਲਾਸਟ ਕੁਐਸਚਨ ਉਹ ਹੈਗਾ ਵੀ ਕਿਹੜੀ ਯੂਨੀਵਰਸਿਟੀ ਡੀ ਟੂ ਡੀ ਜਾਂ ਬੈਚਲਰ ਆਫ ਨਰਸਿੰਗ ਲਈ ਮੈਲਬਨ ਵਿੱਚ ਫਲੈਕਸੀਬਲ ਐਂਟਰੀ ਰਿਕੁਆਇਰਮੈਂਟਸ ਦਿੰਦੀ ਹੈਗੀ ਤਾਂ ਇਹਦੇ ਵਿੱਚ ਤੁਸੀਂ ਤੁਸੀਂ ਖੁਦ ਸਰਚ ਕਰ ਲਿਓ ਸਾਰੀਆਂ ਯੂਨੀਵਰਸਿਟੀਆਂ ਚੰਗੀਆਂ ਨੇ ਤੁਸੀਂ ਆਪਣੇ ਏਜੰਟ ਨਾਲ ਗੱਲ ਕਰਕੇ ਉਹਨੂੰ ਪੁੱਛ ਲਿਓ ਵੀ ਕਿਹੜੀ ਯੂਨੀਵਰਸਿਟੀ ਨਾਲ ਉਹਦੇ ਟਾਈ ਅਪ ਨੇ ਤਾਂ ਉਹ ਜਲਦੀ ਐਡਮਿਸ਼ਨ ਦ ਸਰਚ ਕਰੀਏਟਰਸ ਨੇ ਪੁੱਛਿਆ ਵੀ 2021 ਪਾਸ ਆਊਟ ਗ੍ਰੈਜੂਏਟ ਸਟੂਡੈਂਟ ਆਰਟਸ ਇਨ ਜੀਓਗ੍ਰਾਫੀ ਜੀਓਗ੍ਰਾਫੀ ਨਾਲ ਆਰਟਸ ਕੀਤੀ ਹੋਈ ਹੈਗੀ ਗ੍ਰੈਜੂਏਸ਼ਨ ਵੀ ਐਮਬੀਏ ਵਿੱਚ ਐਡਮਿਸ਼ਨ ਮਿਲ ਚੁੱਕੀ ਹੈ ਮਤਲਬ ਓਵਰ ਲੈਟਰ ਆ ਚੁੱਕਿਆ ਵੀ ਉਹ ਕੋਰਸ ਰੈਲੇਵੈਂਟ ਹੈਗਾ ਜਾਂ ਨਹੀਂ ਤੇ ਹਾਂਜੀ ਕੋਰਸ ਰੈਲੇਵੈਂਟ ਹੈ ਜਿਹੜੇ ਆਪਣਾ ਐਮਬੀਏ ਹੁੰਦਾ ਹੈ ਉਹ ਹਰ ਇੱਕ ਡਿਗਰੀ ਨਾਲ ਰੈਲੇਵੈਂਟ ਹੁੰਦਾ ਕੋਈ ਵੀ ਡਿਗਰੀ ਕੀਤੀ ਹੋਏ ਬੱਚੇ ਦੀ ਕਿਸੇ ਵੀ ਸਟਰੀਮ ਚ ਤਾਂ ਐਮਬੀਏ ਹਰ ਇੱਕ ਨਾਲ ਰੈਲੇਵੈਂਟ ਹੁੰਦਾ ਹੈ ਅਗਲਾ ਸਵਾਲ ਪੁੱਛਿਆ ਆਕਾਸ਼ ਨਾਇਕ ਨੇ ਉਹਨੂੰ ਪੁੱਛਿਆ ਵੀ 2019 ਪਾਸ ਆਊਟ ਸਤੰਬਰ ਇਨਟੇਕ ਲਈ ਰਿਸਕ ਹੈ ਕਿ ਨਹੀਂ ਜੇ ਤਾਂ ਬੱਚੇ ਨੇ ਪਲੱਸ 2 ਕੀਤੀ ਹੈ ਫਿਰ ਤਾਂ ਰਿਸਕ ਬਹੁਤ ਜ਼ਿਆਦਾ ਤੇ ਜੇ ਕੀਤੀ ਹੈ ਗ੍ਰੈਜੂਏਸ਼ਨ ਫਿਰ ਆਪਣਾ ਜਿਹੜਾ ਵਰਕ ਐਕਸਪੀਰੀਅੰਸ ਉਹ ਸ਼ੋਅ ਕਰਕੇ ਤੁਹਾਨੂੰ ਕੋਈ ਰਿਸਕ ਨਹੀਂ ਆਏਗਾ ਤੁਸੀਂ ਆਰਾਮ ਨਾਲ ਈਜ਼ੀਲੀ ਅਪਲਾਈ ਕਰ ਸਕਦੇ ਹੋ ਅਗਲਾ ਸਵਾਲ ਪੁੱਛਿਆ ਉਸਾਮਾ ਨਜ਼ੀਰ ਨੇ ਉਹਨੂੰ ਪੁੱਛਿਆ ਵੀ ਆਪਾਂ ਆਸਟ੍ਰੇਲੀਆ ਐਮਬੈਸੀ ਨੂੰ ਈਮੇਲ ਕਿਵੇਂ ਕਰ ਸਕਦੇ ਹਾਂ ਤਾਂ ਮੈਂ ਤੁਹਾਨੂੰ ਜਿਹੜਾ ਈਮੇਲ ਐਡਰੈਸ ਆ ਉਹ ਨੀਚੇ ਡਿਸਕ੍ਰਿਪਸ਼ਨ ਵਿੱਚ ਮੈਂਸ਼ਨ ਕਰ ਦੂੰਗਾ ਤੁਸੀਂ ਉਹ ਦੇਖ ਕੇ ਉੱਤੇ ਆਪਣੀ ਈਮੇਲ ਕਰ ਸਕਦੇ ਹਾਂ ਐਮਬੈਸੀ ਨੂੰ ਤੇ ਅਗਲਾ ਸਵਾਲ ਪੁੱਛਿਆ ਪਵਨ ਕੁਮਾਰ ਨੇ ਉਹਨੇ ਕਿਹਾ ਵੀ ਜੀਟੀ ਇੰਟਰਵਿਊ ਦੇ ਸਮੇਂ ਵੀ ਯੂਨੀਵਰਸਿਟੀ ਜਿਹੜੇ ਕੁਐਸਚਨ ਪੁੱਛਦੇ ਆ ਆਊਟ ਆਫ ਦ ਬਾਕਸ ਕਿਉਂ ਪੁੱਛਦੀ ਹੈ ਮਤਲਬ ਉਹ ਕਿਤੋਂ ਵੀ ਚੱਕ ਕੇ ਕੁਐਸਚਨ ਕਿਉਂ ਪੁੱਛ ਰਹੀ ਹੈ 4 2021 ਸਟੂਡੈਂਟਸ ਇਹੋ ਜਿਹਾ ਕੁਝ ਨਹੀਂ ਹੁੰਦਾ ਜਿਹੜੇ ਵੀ ਕੁਐਸਚਨ ਹੋਣਗੇ ਤੁਹਾਡੇ ਰਿਲੇਟਡ ਹੋਣਗੇ ਤੁਹਾਡੀ ਸਟੱਡੀ ਰਿਲੇਟਡ ਹੋਣਗੇ ਤੁਹਾਡਾ ਵਰਕ ਐਕਸਪੀਰੀਅੰਸ ਜੇ ਤੁਸੀਂ ਮਤਲਬ ਗ੍ਰੈਜੂਏਸ਼ਨ ਤੋਂ ਬਾਅਦ ਲਗਾ ਰਹੇ ਹੋ ਤੁਹਾਡੀ ਪ੍ਰੋਫਾਈਲ ਦੇ ਰਿਲੇਟਡ ਹੀ ਹੋਣਗੇ ਕੋਈ ਵੀ ਬਾਹਰੋਂ ਕੁਐਸਚਨ ਉਹ ਨਹੀਂ ਪੁੱਛਣਗੇ ਅਗਲਾ ਕੁਐਸਚਨ ਪੁੱਛਿਆ ਓਂਕਾਰ ਬਰਾੜ ਨੇ ਇਹ ਪੁੱਛਦੇ ਨੇ ਵੀ 2020 ਪਾਸ ਆਊਟ ਸਟੂਡੈਂਟਸ ਦੇ ਕਿੰਨੇ ਪਰਸੈਂਟ ਚਾਂਸ ਨੇ ਵੀਜ਼ੇ ਦੇ ਜੇ ਤਾਂ ਫਾਈਲ ਤੁਹਾਡੀ ਐਂਬੈਸੀ ਵਿੱਚ ਹੈ ਫੇਰ ਤਾਂ ਚਾਂਸ ਸਮਝ ਲਓ ਵਧੀਆ ਨੇ ਮਤਲਬ ਤੁਹਾਡੇ ਕੋਲ ਸੀਯੂਈ ਹੈਗੀ ਕਿਸੇ ਯੂਨੀਵਰਸਿਟੀ ਜਾਂ ਕਾਲਜ ਦੀ ਫੇਰ ਤਾਂ ਚਾਂਸ ਨਾਰਮਲ ਨੇ ਜਿਵੇਂ 2021 ਪਾਸ ਆਊਟ ਸਟੂਡੈਂਟਸ ਨੇ ਸੇਮ ਨੇ ਪਰ ਜੇ ਤੁਸੀਂ ਅਜੇ ਐਡਮਿਸ਼ਨ ਲੈ ਰਹੇ ਹੋ ਯੂਨੀਵਰਸਿਟੀ ਤੁਹਾਨੂੰ ਐਡਮਿਸ਼ਨ ਨਹੀਂ ਦੇਣੀ ਜੇ ਦਾ ਡਿਪਲੋਮਾ ਵਗੈਰਾ ਕੋਈ ਗੈਪ ਕਵਰ ਕਰ ਰਹੇ ਹੋ ਹੋ ਸਕਦਾ ਐਡਮਿਸ਼ਨ ਮਿਲ ਜੇ ਪਰ ਬਿਨਾਂ ਗੈਪ ਕਵਰ ਕੀਤੇ ਐਡਮਿਸ਼ਨ ਨਹੀਂ ਮਿਲਣੀ ਤੇ ਵੀਜ਼ਾ ਚ ਤੇ ਗੁਰਮੀਤ ਸਿੰਘ ਖੋਸਾਨੀ ਪੁੱਛਿਆ ਵੀ 20 ਜੁਲਾਈ ਤੋਂ ਉਹਦੇ ਕਲਾਸਾਂ ਸਟਾਰਟ ਨੇ ਲਾਰਡ ਰੋਬ ਕਾਲਜ ਮੈਲਬਨ ਡੀ ਟੂ ਡੀ ਚ ਤੇ ਜੀਟੀਏ ਤੇ ਚੱਲ ਰਹੀ ਆ ਤੇ ਅੱਜ 11 ਜੂਨ ਹੋ ਚੁੱਕੀ ਆ ਥੋੜੇ ਟਾਈਮ ਰਹਿ ਗਿਆ ਜੇ ਜੀਟੀ ਤੁਹਾਡੀ 10 ਦਿਨਾਂ ਦੇ ਵਿੱਚ ਵਿੱਚ ਕਲੀਅਰ ਹੁੰਦੀ ਹੈ ਉਸ ਤੋਂ ਬਾਅਦ ਤੁਹਾਡੇ ਚਾਂਸਸ ਹਾਂ ਹੋ ਸਕਦਾ ਹੈ ਤੁਹਾਡਾ ਜੁਲਾਈ ਵਿੱਚ ਵੀਜ਼ਾ ਆ ਸਕਦਾ ਪਰ ਲੱਗ ਨਹੀਂ ਰਿਹਾ ਵੀ ਆ ਜਾਣਾ ਇੰਨਾ ਕਿਉਂਕਿ ਬਹੁਤ ਸਾਰਾ ਬੈਕਲੌਗ ਪਿਆ ਤੇ ਬਹੁਤ ਟਾਈਮ ਲੱਗ ਰਿਹਾ ਵੀਜ਼ਾ ਆਉਣ ਚ ਘੱਟੋ ਘੱਟ 40 45 ਦਿਨ ਤਾਂ ਲੱਗ ਰਹੇ ਨੇ ਇਸ ਲਈ ਮੈਨੂੰ ਨਹੀਂ ਲੱਗਦਾ ਵੀ ਤੁਹਾਡਾ ਵੀਜ਼ਾ ਜੁਲਾਈ ਦੇ ਵਿੱਚ ਵਿੱਚ ਆ ਜਾਊਗਾ ਤੁਹਾਨੂੰ ਡਿਫਰਮੈਂਟ ਹੀ ਅਪਲਾਈ ਕਰਨਾ ਪਊਗਾ ਅਗਲਾ ਕੁਐਸਚਨ ਪੁੱਛਿਆ ਮਿਸਟਰ 313 ਨੇ ਇਹਨਾਂ ਨੇ ਕਿਹਾ ਵੀ ਉਹਨਾਂ ਨੇ ਪਲੱਸ 2 ਕੀਤਾ 2012 ਚ ਉਸ ਤੋਂ ਬਾਅਦ ਡੀ ਫਾਰਮਾ ਕੀਤਾ 2015 ਚ ਤੇ ਉਦੋਂ ਬੀਐਸਸੀ ਨਰਸਿੰਗ 2017 ਤੋਂ ਲੈ ਕੇ 2022 ਤੱਕ ਸਟੱਡੀ ਵੀਜ਼ੇ 'ਚ ਕੋਈ ਪ੍ਰੋਬਲਮ ਨਹੀਂ ਆਊਗੀ ਤਾਂ ਹਾਂਜੀ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਊਗੀ ਤੁਸੀਂ ਆਪਣਾ ਜਿਹੜਾ ਕੀ ਸ ਹੈ ਕਿਸੇ ਵਧੀਆ ਏਜੰਟ ਕੋਲ ਲਗਾਓ ਤਾਂ ਤੁਹਾਨੂੰ ਵੀਜ਼ਾ इजीली ਮਿਲ ਜਾਊਗਾ ਕਿਸੇ ਵਧੀਆ ਯੂਨੀਵਰਸਿਟੀ ਵਿੱਚ ਹੀ ਲਾਇਓ ਅਗਲਾ ਕੁਐਸਚਨ ਪੁੱਛਿਆ ਹਜ਼ੂਰ ਬੱਲ ਨੇ ਇਹ ਕਹਿੰਦੇ ਵੀ ਨਾਓ ਕਹਿੰਨਾ ਐਪਲਾਈ ਫਾਰ ਜੁਲਾਈ ਇਨਟੇਕ ਤੇ ਬੱਸ ਦਿਨ ਤਾਂ ਥੋੜੀ ਰਹਿ ਗਏ ਮਤਲਬ 30 35 ਦਿਨ ਰਹਿ ਗਏ ਜੁਲਾਈ ਇਨਟੇਕ ਵਿੱਚ ਪਰ ਫਿਰ ਵੀ ਤੁਸੀਂ ਅਪਲਾਈ ਕਰ ਦੋ ਕਿਸਮਤ ਚੰਗੀ ਹੋਈ ਤੁਹਾਡਾ ਵੀਜ਼ਾ ਆ ਸਕਦਾ ਜੇ ਨਾ ਚੰਗੀ ਹੋਈ ਤਾਂ ਡੈਫਰ ਹੋ ਜਾਊਗਾ ਇਸ ਤੋਂ ਜ਼ਿਆਦਾ ਕੁਝ ਨਹੀਂ ਹੋਣਾ ਕੋਈ ਟੈਨਸ਼ਨ ਦੀ ਗੱਲ ਨਹੀਂ ਇਸ ਲਈ ਅਪਲਾਈ ਜਿੰਨਾ ਜਲਦੀ ਹੋ ਸਕੇ ਅਪਲਾਈ ਕਰੋ ਤੇ ਆਰਕੇ ਨੇ ਪੁੱਛਿਆ ਵੀ ਵੀਜ਼ਾ ਸਟੇਟਸ ਕਿਵੇਂ ਚੈੱਕ ਹੋਊਗਾ ਤਾਂ ਮੈਂ ਤੁਹਾਨੂੰ ਦੱਸ ਦਿੰਨਾ ਵੀ ਵੀਜ਼ਾ ਸਟੇਟਸ ਇਮੀ ਅਕਾਊਂਟ ਨਾਲ ਹੀ ਚੈੱਕ ਹੁੰਦਾ ਤੇ ਉਹਦੀ ਤੇ ਉਹ ਇਮੀ ਅਕਾਊਂਟ ਬਣਾਉਣਾ ਕਿਵੇਂ ਆ ਉਹਦੀ ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਦਿੱਤੀ ਹੋਈ ਹੈ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਮੋਹਲ ਮਲੋਤਰਾ ਨੇ ਪੁੱਛਿਆ ਆਸਟ੍ਰੇਲੀਅਨ ਸਟੂਡੈਂਟ ਵੀਜ਼ਾ ਪਰ ਪੀਆਰ ਕਿੰਨੀ ਦੇਰੇ ਮਿਲਦੀ ਹੈ ਔਰ ਸਿਟੀ ਕੌਨਸੀ ਅੱਛੀ ਆਸਟ੍ਰੇਲੀਆ ਵਿੱਚ ਸਿਟੀਆਂ ਤੋਂ ਸਾਰੀ ਅੱਛੀ ਹੈ ਇਹ ਤਾਂ ਆਪ ਆਪਣੇ ਦਿਮਾਗ ਵਿੱਚ ਬਿਠਾ ਲਓ ਕਿ ਸਿਟੀਆਂ ਸਾਰੀ ਅੱਛੀ ਹੈ ਔਰ पीआर ਆਪੇ ਡਿਪੈਂਡ ਕਰਤੇ ਆਪੇ ਕਿੰਨੀ ਟਾਈਮ ਮਿਲੇਗਾ ਤੁਹਾਡਾ ਜੋ ਕੋਰਸ ਹੈ ਉਹ पीआर लिस्ट ਮੇ ਆਤਾ ਹੈ ਫਿਰ ਤੁਹਾਨੂੰ इजीली पीआर ਮਿਲ ਜਾਏਗੀ ਜੇਕਰ ਆਪਾਂ ਕੋਰਸ ਨਹੀਂ ਆਤਾ ਤਾਂ ਆਪ ਕੋ ਉहां पे ਜਾ ਕੇ ਜਾ ਤੋ ਪੀਆਰ ਵਾਲਾ ਕੋਰਸ ਕਰਨਾ ਪਵੇਗਾ ਉਹੀ ਆਪ ਕੋ ਪੀਆਰ ਮਿਲਣੇ ਕੇ ਚਾਂਸਸ ਹੈ ਅਗਰ ਹੋ ਸਕੇ ਤੋ ਰੀਜਨਲ ਏਰੀਆ ਮੇ ਜਾਏ ਤੋ ਹੀ ਆਪ ਕੋ ਪੀਆਰ ਜਲਦੀ ਮਿਲ ਜਾਏਗੀ ਤੇ ਤਰੁਣ ਸ਼ਰਮਾ ਨੇ ਪੁੱਛਿਆ ਵੀ ਉਹਨਾਂ ਨੇ ਸਿਡਨੀ ਯੂਨੀਵਰਸਿਟੀ ਵਿੱਚ ਅਪਲਾਈ ਕੀਤਾ ਸੀਗਾ ਆਫਰ ਲੈਟਰ ਅਨ ਕੰਡੀਸ਼ਨਲ ਤੇ ਅਜੇ ਤੱਕ ਨਹੀਂ ਆਇਆ ਤਾਂ ਦੇਖੋ ਟਾਈਮ ਤਾਂ ਲੱਗ ਰਿਹਾ ਸਭ ਨੂੰ ਲੱਗ ਰਿਹਾ ਹੈਗਾ ਤੇ ਥੋੜਾ ਜਿਹਾ ਡਿਪੈਂਡ ਕਰਦਾ ਏਜੰਟ ਤੇ ਵੀ ਤੁਸੀਂ ਏਜੰਟ ਨਾਲ ਗੱਲ ਕਰੋ ਉਹਨੂੰ ਪੁੱਛੋ ਵੀ ਕਿਹੜੇ ਡਾਕੂਮੈਂਟ ਯੂਨੀਵਰਸਿਟੀ ਤੋਂ ਮੰਗੇ ਨੇ ਤੇ ਜਿੰਨਾ ਜਲਦੀ ਹੋ ਸਕੇ ਆਪਣੇ ਡਾਕੂਮੈਂਟ ਯੂਨੀਵਰਸਿਟੀ ਨੂੰ ਸੈਂਡ ਕਰੋ ਤਾਂ ਕਿ ਤੁਹਾਡੇ ਜਲਦੀ ਜਲਦੀ ਆਫਰ ਲੈਟਰ ਆ ਸਕੇ ਤੇ ਕੁਲਵਿੰਦਰ ਕੌਰ ਸਿੱਧੂ ਨੇ ਪੁੱਛਿਆ ਵੀ ਉਹਨਾਂ ਦਾ ਜਿਹੜਾ ਕੋਰਸ ਹੈ ਮਾਸਟਰ ਆਫ ਬਿਜ਼ਨਸ ਐਨਾਲਿਟਿਕਸ ਹੈ ਆਸਟ੍ਰੇਲੀਆ ਵਿੱਚ ਤੇ ਇੰਡੀਆ ਵਿੱਚ ਉਹਨਾਂ ਨੇ ਬੀਐਸਸੀ ਨਾਨ ਮੈਡੀਕਲ ਕੀਤੀ ਹੈ ਤੇ ਜਿਹੜਾ ਆਪਣਾ ਬਿਜ਼ਨਸ ਐਨਾਲਿਟਿਕਸ ਦਾ ਕੋਰਸ ਹੈ ਉਹ ਆਈਟੀ ਨਾਲ ਰੀਲੇਟਡ ਹੈਗਾ ਰੈਲੇਵੈਂਟ ਹੈਗਾ ਤਾਂ ਤੁਸੀਂ ਈਜ਼ੀਲੀ ਤੁਹਾਨੂੰ ਐਡਮਿਸ਼ਨ ਮਿਲ ਜੂਗੀ ਤੇ ਈਜ਼ੀਲੀ ਤੁਹਾਡਾ ਵੀਜ਼ਾ ਵੀ ਆ ਜਾਊਗਾ ਕੋਈ ਟੈਨਸ਼ਨ ਨਹੀਂ ਕਰਨੀ ਹੈਗੀ ਤੇ ਜਸਕਰਨ ਚੋਹਾਨ ਨੇ ਪੁੱਛਿਆ ਵੀ ਆਸਟ੍ਰੇਲੀਆ ਜਿਹੜੇ ਵੋਟਾਂ ਹੋਈਆਂ ਨੇ ਵੀ ਉਹਦਾ ਕੋਈ ਇਮੀਗ੍ਰੇਸ਼ਨ ਤੇ ਫਰਕ ਪੈ ਰਿਹਾ ਹਾਂਜੀ ਇਹਦਾ ਅਸਰ ਜ਼ਰੂਰ ਪਾਊਗਾ ਜਿਹੜੇ ਹੋਮ ਅਫੇਅਰਸ ਦੇ ਮਿਨਿਸਟਰ ਨੇ ਉਹਨਾਂ ਦੀ ਧਿਆਨ ਚ ਇਹ ਗੱਲ ਆ ਚੁੱਕੀ ਹੈ ਉਹਨਾਂ ਨੇ ਬਿਆਨ ਵੀ ਦੇ ਦਿੱਤਾ ਹੈ ਵੀ ਜਲਦੀ ਜਲਦੀ ਅਸੀਂ ਕੋਸ਼ਿਸ਼ ਕਰਾਂਗੇ ਜਿਹੜਾ ਬੈਕਲੌਗ ਹੈ ਜਿਹੜੇ ਵੀਜ਼ੇ ਬੱਚੇ ਵੇਟ ਕਰ ਰਹੇ ਨੇ ਉਹ ਜਲਦੀ ਜਲਦੀ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਟਿਪਸ ਐਂਡ ਟ੍ਰਿਕਸ ਐਸ ਨੇ ਪੁੱਛਿਆ ਵੀ ਉਹਨਾਂ ਦੀ 2021 ਪਾਸ ਆਊਟ ਨੇ ਉਹ ਪਲੱਸ 2 ਕੀਤੀ ਥੋੜੇ ਮੇਰੇ ਖਿਆਲ ਮੇਰੇ ਖਿਆਲ ਚ ਤੇ ਡੀਕਰ ਯੂਨੀਵਰਸਿਟੀ ਹੈ ਤੇ ਜੀਟੀ ਇੰਟਰਵਿਊ ਤਿਆਰੀ ਕਰ ਰਹੇ ਨੇ ਉਹਨਾਂ ਨੂੰ ਪੁੱਛਿਆ ਉਹਨਾਂ ਨੂੰ ਡਾਊਟ ਹੈ ਵੀ ਜਸਟੀਫਿਕੇਸ਼ਨ ਦੇਣੀ ਪਊਗੀ ਤਾਂ ਮੈਨੂੰ ਨਹੀਂ ਲੱਗਦਾ ਤੁਹਾਨੂੰ ਕੋਈ ਜੁਲਾਈਂ ਟੇਕ ਲਈ ਤੁਹਾਨੂੰ 2021 ਪਾਸ ਆਊਟ ਬੱਚੇ ਨੂੰ ਕੋਈ ਜਸਟੀਫਿਕੇਸ਼ਨ ਦੇਣ ਦੀ ਲੋੜ ਹੈ। ਆਈਐਸਪੀਟੀ ਜਸਟੀਫਿਕੇਸ਼ਨ ਚੱਲ ਜੂਗੀ। ਮੈਂ ਇਹ ਕਰ ਰਿਹਾ ਸੀ ਇਸ ਤੋਂ ਜ਼ਿਆਦਾ ਕੋਈ ਨਹੀਂ ਲੋੜ ਪੈਣੀ। ਨਵੰਬਰ ਦੇ ਟੇਕ ਤੱਕ 2021 ਪਾਸ ਆਊਟ ਬੱਚੇ ਨੂੰ ਕੋਈ ਜਸਟੀਫਿਕੇਸ਼ਨ ਦੇਣ ਦੀ ਲੋੜ ਨਹੀਂ ਹੈਗੀ। ਆਰਾਮ ਨਾਲ ਅਪਲਾਈ ਕਰੋ ਤੇ ਈਜ਼ੀਲੀ ਤੁਹਾਡਾ ਵੀਜ਼ਾ ਆ ਜਾਣਾ। ਜਿੰਨਾ ਜਲਦੀ ਹੋ ਸਕੇ ਉਹਨਾਂ ਜਲਦੀ ਅਪਲਾਈ ਕਰੋ। ਸੰਦੀਪ ਸਿੰਘ ਨੇ ਪੁੱਛਿਆ ਵੀ bro ਅੰਬੈਸੀ ਹਰ ਇੱਕ ਫਾਈਲ ਦੀ ਵੈਰੀਫਿਕੇਸ਼ਨ ਕਰਦੀ ਹੈ। ਤਾਂ ਐਵੇਂ ਨਹੀਂ ਹੁੰਦਾ। ਹਰ ਇੱਕ ਫਾਈਲ ਦੀ ਵੈਰੀਫਿਕੇਸ਼ਨ ਨਹੀਂ ਹੁੰਦੀ। ਆਟੋ ਗ੍ਰਾਂਟ ਸੁਣਿਆ ਹੋਣਾ ਤੁਸੀਂ ਨੇ? ਕਈ ਵੀਜ਼ੇ ਤਾਂ ਬਸ ਉਹਨਾਂ ਦਾ ਮੈਡੀਕਲ ਅਪਡੇਟ ਹੁੰਦਾ ਨਾਲ ਦੀ ਨਾਲ 2 2.5 ਘੰਟਿਆਂ ਵਿੱਚ ਵੀਜ਼ਾ ਆ ਜਾਂਦਾ ਤੇ ਐਮਬੈਸੀ ਵੈਰੀਫਿਕੇਸ਼ਨ ਨਹੀਂ ਕਰਦੀ ਕਿਸੇ ਕਿਸੇ ਜਿਸ ਤੇ ਡਾਊਟ ਹੁੰਦਾ ਉਹਦੀ ਹੀ ਵੈਰੀਫਿਕੇਸ਼ਨ ਹੁੰਦੀ ਹੈ ਬਾਕੀ ਤਾਂ ਸਿਰਫ ਡਾਕੂਮੈਂਟਸ ਚੈੱਕ ਹੁੰਦੇ ਨੇ ਵਿੱਚ ਲੱਗਿਆ ਕੀ ਹੋਇਆ ਜੇ ਡਾਊਟ ਹੁੰਦਾ ਤਾਂ ਹੀ ਵੈਰੀਫਿਕੇਸ਼ਨ ਹੁੰਦੀ ਹੈ ਤਾਂ ਮੈਨੂੰ ਲੱਗਦਾ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਚੁੱਕਿਆ ਹੋਣਾ ਅਗਲਾ ਸਵਾਲ ਪੁੱਛਿਆ ਲਵਦੀਪ ਸਿੰਘ ਢਿੱਲੋਂ ਨੇ ਉਹਨੇ ਪੁੱਛਿਆ ਵੀ ਕਲਾਸਾਂ ਸਟਾਰਟ ਹੋਣ ਵਾਲੀਆਂ ਨੇ ਵੀ ਹੁਣ ਡੈਫਰਮੈਂਟ ਕਰਨਾ ਚਾਹੀਦਾ ਜਾਂ ਆਨਲਾਈਨ ਸਟੱਡੀ ਚੂਜ਼ ਕਰਨੀ ਚਾਹੀਦੀ ਹੈ ਜੇ ਤੁਹਾਡੀ ਪਲੱਸ ਟੂ ਕੀਤੀ ਹੋਈ ਆ ਫੇਰ ਤੁਸੀਂ ਆਨਲਾਈਨ ਕਲਾਸਰ ਲਗਾ ਲਓ ਉਹ ਤੁਹਾਨੂੰ ਜ਼ਿਆਦਾ ਫਾਇਦਾ ਰਹੂਗਾ ਕਿਉਂਕਿ ਜੇ ਤੁਸੀਂ ਡਿਫਰਮੈਂਟ ਕਰਦੇ ਹੋ ਤੇ ਹੋ ਸਕਦਾ ਕਈ ਵਾਰ ਨਾ ਯੂਨੀਵਰਸਿਟੀਆਂ ਸੀਓਵੀ ਕੈਨਸਲ ਕਰ ਦਿੰਦੇ ਨੇ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਸੀਓਵੀ ਲੈਣਾ ਬਹੁਤ ਮੁਸ਼ਕਲ ਹੋ ਜਾਂਦਾ ਤਾਂ ਤੁਸੀਂ ਆਨਲਾਈਨ ਕਲਾਸਰ ਲਾਓ ਤੇ ਤੁਹਾਡਾ ਵੀਜ਼ਾ ਜਲਦੀ ਆ ਜਾਊਗਾ ਜੇ ਵਧੀਆ ਯੂਨੀਵਰਸਿਟੀ ਵਿੱਚ ਲੱਗੀ ਹੋਈ ਹੈ ਫਾਇਦਾ ਕਾਲਜ ਵਿੱਚ ਡਿਫਰਮੈਂਟ ਕਰਾ ਲਓ ਉਹਦਾ ਕੋਈ ਚੱਕਰ ਨਹੀਂ ਅਗਲਾ ਕੁਐਸਚਨ ਪੁੱਛਿਆ ਹਰਪਿੰਦਰ ਬਰਾੜ ਨੇ ਉਹਨਾਂ ਨੇ ਕਿਹਾ ਵੀ ਮੇਰੇ ਏਜੰਟ ਨੇ ਕਿਹਾ ਵੀ ਕੈਨਬਰਾ ਜਿਹੜੀ ਯੂਨੀਵਰਸਿਟੀ ਹੈ ਵੀ ਉਹ ਤਾਂ ਆਫਰ ਆ ਗਈ ਪਰ 31 ਮਾਰਚ ਤੋਂ ਬਾਅਦ ਉਹਦੀ ਜਿਹੜੀ ਯੂਨੀਵਰਸਿਟੀ ਹੈ ਯੂਨੀਵਰਸਿਟੀ ਆਫ ਕੈਨਬਰਾ ਲੈਵਲ 2 ਚੱਲੇਗੀ ਵੀ ਹੁਣ ਉਹਨਾਂ ਨੇ ਐਡੀਲੇਡ ਅਪਲਾਈ ਕਰਨਾ ਏਜੰਟ ਨੇ ਇਹ ਗੱਲ ਕਹੀ ਹੈ ਤੇ ਪਹਿਲੇ ਤਾਂ ਗੱਲ ਮੈਂ ਇਹ ਕਹਿੰਦਾ ਵੀ ਜਿਹੜੀ ਯੂਨੀਵਰਸਿਟੀ ਆਫ ਕੈਨਬਰਾ ਉਹ ਲੈਵਲ 1 ਵਿੱਚ ਪਹਿਲਾਂ ਵੀ ਸੀ ਤੇ ਹੁਣ ਵੀ ਲੈਵਲ 1 ਵਿੱਚ ਹੀ ਹੈ ਇਹ ਤੁਹਾਨੂੰ ਏਜੰਟ ਨੇ ਝੂਠ ਬੋਲਿਆ ਕਿ ਲੈਵਲ 2 ਚਲੀ ਗਈ ਹੈ ਤੇ ਹੁਣ ਕਹਿੰਦਾ ਵੀ ਐਡੀਲੇਡ ਇੰਸਟੀਟਿਊਟ ਆਫ ਹਾਇਰ ਐਜੂਕੇਸ਼ਨ ਵਿੱਚ ਪ੍ਰਾਈਵੇਟ ਕਾਲ ਦੇ ਵਿੱਚ MBA ਤੇ ਹਰਪਿੰਦਰ ਬਰਾੜ ਆਪ 2014 ਪਾਸ ਆਊਟ ਨੇ BCA ਤੇ ਏਜੰਟ ਨੇ ਤੁਹਾਡਾ ਕੇਸ ਕਰ ਦਿੱਤਾ ਹੁਣ ਕਾਲਜ ਵਿੱਚ ਅਪਲਾਈ ਕਿਉਂਕਿ ਯੂਨੀਵਰਸਿਟੀ ਨੇ ਤੁਹਾਡਾ ਗੈਪ ਨਹੀਂ ਐਕਸੈਪਟ ਕੀਤਾ ਤੇ ਉਹਨੇ ਤੁਹਾਨੂੰ ਝੂਠ ਬੋਲਿਆ ਵੀ ਯੂਨੀਵਰਸਿਟੀ ਆਫ ਕੈਨਬਰਾ ਲੈਵਲ 2 ਚਲੇਗੀ ਇਹ ਤੁਸੀਂ ਆਪ ਦੇਖੋ ਤੇ ਕਾਲਜ ਵਿੱਚ ਜਿਹੜੇ ਵੀਜ਼ਾ ਚਾਂਸ ਨੇ ਬਹੁਤ ਘੱਟ ਰਹਿਣਗੇ ਇਸ ਲਈ ਆਪਣਾ ਰਿਸਕ ਨਾ ਲਓ ਹੋ ਸਕੇ ਤਾਂ ਯੂਨੀਵਰਸਿਟੀ ਵਿੱਚ ਅਪਲਾਈ ਕਰੋ ਜੇ ਏਜੰਟ ਤੁਹਾਨੂੰ ਝੂਠ ਬੋਲ ਰਿਹਾ ਏਜੰਟ ਚੇਂਜ ਕਰੋ ਤੇ ਕਿਸੇ ਵਧੀਆ ਏਜੰਟ ਤੋਂ ਆਪਣਾ ਕੇਸ ਲਵਾਓ ਅਗਲਾ ਕੁਐਸਚਨ ਪੁੱਛਿਆ ਸਾਹਿਲੇ ਰਾਣਾ ਨੇ उसने पूछा है कि जी इंटरव्यू के बाद एमबैसी को भी इंटरव्यू देना पड़ता है या नहीं बात ऐसी है कि जी इंटरव्यू तो होता ही होता है सबका ही होता है लेकिन एमबैसी का इंटरव्यू किसी बेकार किस्मत वाले का ही होगा और हरियाणा और गुजरात के स्टूडेंट्स के इंटरव्यूज़ बहुत आ रही हैं एमबेसी की इसलिए अपनी तैयारी जरूर रखना कहीं ऐसा न हो ना कल आपका इंटरव्यू हो आपसे कोई बात ही न हो पाए मतलब आपसे इंटरव्यू क्लियर ही न हो पाए एंबेसी का कुछ नहीं पता कि इसका इंटरव्यू ले ले जीटी में इंटरव्यू हुआ ना हुआ वो बात अलग है लेकिन एंबेसी के इंटरव्यू का कुछ नहीं पता किसी का भी हो सकता है इसलिए अपनी तैयारी जरूर रखना अगला क्वेश्चन पूछा अमनदीप सिंह रे उन्होंने कहा भी मेनू किसी ने ये गल कही है बैचलर ऑफ बिजनेस ਵਿੱਚ पीआर ਨਹੀਂ ਹੈਗੀ ਤੇ ਕਹਿੰਦੇ ਕੋਈ ਫਿਊਚਰ ਨਹੀਂ ਹੈਗਾ ਤੇ ਅਗਲੀ ਗੱਲ कहीया कोर्स चेंज ਹੋਣਾ ਹੀ ਬੰਦ ਹੋ ਗਿਆ ਤੇ ਏਜੰਟ ਨੇ ਫਾਈਲ ਵੀ ਲੋਜ ਕਰਤੀ ਤਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਬੈਚਲਰ ਆਫ ਬਿਜ਼ਨਸ ਵਿੱਚ ਪੀਆਰ ਨਹੀਂ ਹੈਗੀ ਪਰ ਜਿਹੜੇ ਤੁਹਾਡੀ ਅਗਲੀਆਂ ਗੱਲਾਂ ਨੇ ਵੀ ਕੋਰਸ ਚੇਂਜ ਨਹੀਂ ਹੋਣਾ ਤਾਂ ਇਹ ਗੱਲ ਗਲਤ ਹੈ ਕੋਰਸ ਚੇਂਜ ਹੋਊਗਾ ਉਹ ਤੁਹਾਡੇ ਡਰਨ ਦੀ ਕੋਈ ਗੱਲ ਨਹੀਂ ਜੇ ਕੋਰਸ ਚੇਂਜ ਨਾ ਵੀ ਹੋਇਆ ਤਾਂ ਤੁਸੀਂ ਆਪਣੇ ਕੋਰਸ ਦੇ ਨਾਲ-ਨਾਲ ਕੋਈ ਪੀਆਰ ਵਾਲਾ ਜਿਹੜਾ ਕੋਰਸ ਆ ਉਹ ਕਰ ਸਕਦੇ ਹੋ ਤੇ ਉਹਦੇ ਵਿੱਚ ਵਰਕ ਐਕਸਪੀਰੀਅੰਸ ਸ਼ੋ ਕਰਕੇ ਤੁਸੀਂ ਪੀਆਰ ਲੈ ਸਕਦੇ ਹੋ ਮਤਲਬ ਜਿਹੜੇ ਜਿਹੜੇ ਕੋਰਸ ਓਕਿਊਪੇਸ਼ਨ ਲਿਸਟ ਵਿੱਚ ਆ ਸਕਦੇ ਨੇ ਉਹ ਤੁਸੀਂ ਨਾਲ-ਨਾਲ ਵੀ ਕਰਕੇ ਤੁਹਾਡਾ ਤੁਹਾਡੀ ਪੀਆਰ ਤੁਸੀਂ ਲੈ ਸਕਦੇ ਹੋ ਇਲਟ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਟੈਨਸ਼ਨ ਨਾ ਲਓ ਤੇ ਮੈਨੂੰ ਉਮੀਦ ਹੈ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਚੁੱਕੇ ਹੁਣ ਪਰ ਜੇ ਤੁਹਾਡੇ ਹਜੇ ਵੀ ਕੋਈ ਡਾਊਟ ਹੈਗਾ ਤਾਂ ਤੁਸੀਂ ਨੀਚੇ ਕਮੈਂਟ ਕਰਕੇ ਪੁੱਛ ਸਕਦੇ ਹੋ ਤਾਂ ਮੈਂ ਕੋਸ਼ਿਸ਼ ਕਰੂੰਗਾ ਇੱਕ ਹੋਰ ਵੀਡੀਓ ਬਣਾ ਕੇ ਤੁਹਾਡੇ ਹਰ ਇੱਕ ਸਵਾਲ ਦਾ ਜਵਾਬ ਦੇਣ ਦੀ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਈਕ ਜ਼ਰੂਰ ਕਰ ਦਿਓ ਜੇ ਕਿਸੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜਿਹਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਇਹ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਕੋਈ ਹੋਰ ਜਾਣਕਾਰੀ ਲੈ ਕੇ